ਖਾਪ ਲਵੋ ਕੱਠਾ ਚੱਕਰੇਂਦੀਆਂ ਨੇ ਥੱਪਣ ਦਾ ਨਾਂ ਨਹੀਂ ਲੈਂਦੀਆਂ ਵੇ ਲੈਡਾ ਵੱਡਾ ਡੇਕ ਲੱਗਿਆ ਪਿਆ ਓਹ ਅੰਮਾ ਘਰ ਦਾ ਕੰਮ ਕਰੀਆ ਥੱਪੀਏ ਆ ਟਾਈਮ ਤੇ ਲੱਗਾ ਨਹੀਂ ਆਏਗਾ ਹਾਂ ਤੁਹਾਡਾ ਟਾਈਮ ਨਹੀਂ ਲੱਗਦਾ ਗੱਲਾਂ ਕੀਤੀ ਰੱਖਣੀ ਐ ਤਾਂ ਅੰਮਾ ਤੂੰ ਤੇ ਬੈ ਕੇ ਬਸ ਹੁਕਮ ਹੀ ਚਲਾਈ ਰੱਖਿਆ ਕਰ ਇਹੋ ਕੰਮ ਨਹੀਂ ਅੰਮਾ ਨੂੰ ਹੋਰ ਕੰਮ ਹੈ ਇਹ ਕੋਈ ਹੁਕਮ ਤੋਂ ਲਾਵਾ ਤੁਹਾਡੇ ਕੀ ਸਲਾਵਾ ਮੈਂ ਵੀ ਤੱਪੇ ਲੱਗ ਜਾਵਾਂ ਤੇਲਾ ਲਾਈ ਰੱਖਾਂ ਕੀ ਹੁੰਦਾ ਅਸਲਾਮ ਅਲੈਕਮ ਅੰਮਾ ਸਾਬਰਾ ਜੀ ਵਾਲੇਕਮ ਸਲਾਮ ਮੇਰਾ ਪੁੱਤਰ ਤੈਨੂੰ ਇੱਕ ਮੈਂ ਕੰਮ ਆਖਿਆ ਕੀਤਾ ਹੀ ਕੋਈ ਨਾ ਉਹ ਅੰਮਾ ਜੀ ਸਦਕੇ ਜਾਵਾਂ ਮਾਂ ਤੋਂ ਉਹ ਤੇਰਾ ਕੰਮ ਹੋ ਗਿਆ ਜਿਹੜਾ ਕੰਮ ਤੋਂ ਮੈਨੂੰ ਆਖਿਆ ਹੈ ਅੱਛਾ ਹਾਂਜੀ ਸਾਰੇ ਆਇਆ ਜੀ ਆ ਵਾਹ ਭਾਈ ਵਾਹ ਤੇ ਅੰਮਾ ਵੱਡੀ ਖੁਸ਼ੀ ਦੀ ਗੱਲ ਏ ਕਿ ਉਹ ਤੋੜ ਧਰਮ ਦੇ ਪੈਣ ਅੱਛਾ ਹਾਂ ਤੇ ਬੰਦੇ ਕਿਵੇਂ ਦੇ ਅੰਮਾ ਵੇਖਣ ਤਾਂ ਚੰਗੇ ਮਲੂਮ ਹੁੰਦੇ ਨੇ ਲੇਕਿਨ ਜੇ ਅੰਸਨ ਗੱਲਾਂ ਬਾਤਾਂ ਹੋ ਸਰ ਪਤਾ ਤਾਂ ਮੋੜ ਲੱਗ ਸੀ ਕਿ ਬੰਦਾ ਕਿਹੜੀ ਤਬੀਅਤ ਦਾ ਪੁੱਤਰੋ ਛੂਰ ਜਿਹੜਾ ਨਾ ਨਸ਼ਈ ਬੰਗੀ ਨਾ ਹੋਵੇ ਤੇ ਲਿਖਿਓ ਪੜਿਓ ਹੋਵੇ ਮਲੂਮ ਤਮਾ ਮੈਨੂੰ ਚੰਗਾ ਹੁੰਦਾ ਵੇਖੋ ਜਗਾ ਹੁੰਦਾ ਮਾਲਾ ਤੁਹਾਨੂੰ ਪਤਾ ਹਾਂ ਕੰਮਕਾਰ ਵਾਲਾ ਹੋਵੇ ਨਹੀਂ ਉਹ ਘਰ ਵੀ ਚੰਗਾ ਕੰਮਕਾਰ ਵਾਲੇ ਨੇ ਪੁੱਤਰ ਪੁੱਤਲਿਆ ਤੈਨੂੰ ਚੰਗਾ ਬੱਲਾ ਪਤਾ ਹੈ ਇਹ ਖੂਹਾਂ ਦੀ ਛਾਲੀ ਆਉਂਦੀਆਂ ਇਹ ਕੋ ਗੁੱਡੀ ਗੁੱਡੇ ਦੀ ਖੇਲ ਨਹੀਂ ਹੁੰਦੀ ਅੰਮਾ ਮੈਨੂੰ ਵੀ ਪਤਾ ਧੀ ਧੈਣ ਦਾ ਕੰਮ ਹੈ ਅੱਲਾ ਪਾਕ ਸੋਹਣਾ ਘਰ ਬਣਾਵੇ ਮੈਂ ਤਾਂ ਘਰ ਪੱਟਣ ਤੇ ਵਾਣਾ ਪਿਆ ਨਹੀਂ ਹੈ ਜੀ ਖੂਹਾਂ ਦੀ ਮਿੱਟੀ ਆਉਂਦੀਆਂ ਪੁੱਤਰੋ ਸੱਚਿਆਂ ਦੇ ਅਖਾਣ ਹੁੰਦੇ ਨੇ ਨੇ ਛਾਰੀਆਂ ਆਉ ਕਾਠੀ ਖਲੋਵੋ ਚੱਲ ਕੇ ਹੱਦ ਦੋਵੋ ਤੁਹਾਨੂੰ ਪੁਰਾਣੇ ਵੇਖਣ ਲੱਗੇ ਹੁੰਦੇ ਨੇ ਹੋਰ ਕੋ ਅੰਮਾ ਹਾਂ ਉਹਨਾਂ ਨੂੰ ਨਾ ਆਪਣਾ ਆਪ ਦਾ ਨਾ ਚੰਗਾ ਮਹਿਸੂਸ ਵਿਖਾਵਣਾ ਉਹ ਨਵੇਂ ਅੰਦੇ ਡਰ ਜਾਵੇ ਨਹੀਂ ਨਹੀਂ ਉਹ ਗੱਲ ਨਹੀਂ ਹੋਮੜ ਦਿੰਦੀ ਹਾਂ ਹਾਂ ਮੈਨੂੰ ਬੜਾ ਪਤਾ ਤੂੰ ਉਹਨਾਂ ਦੀ ਖਿਦਮਤ ਹੀ ਕਰੇ ਪੁੱਤਰ ਵੇਖ ਤਾਂ ਸਹੀ ਮੈਂ ਖਿਦਮਤ ਕਰ ਸਾ ਤੇ ਉਹਨਾਂ ਨੂੰ ਪਤਾ ਲੱਗ ਜਾ ਸੀ ਨਾਲ ਤੈਨੂੰ ਵੀ ਉਹ ਤਾਂ ਮੈਨੂੰ ਪਤਾ ਮਾਂ ਹੋਰ ਚੱਲੀਏ ਚੱਲ ਅੰਮਾ ਟੁਰ ਚੱਲ ਚੱਲ ਅੰਮਾ ਚੱਲੀ ਪੁੱਤਰ ਬੁੱਧਿਆ ਜੀ ਅਹੀ ਕੰਮ ਕਰ ਮੈਂ ਇਹਨਾਂ ਦੇ ਹੱਥ ਦਵੈਨੀਆਂ ਤੋਂ ਭਰਾਣੇ ਬਜਾ ਲਿਆ ਹਾਂ ਹਾਂ ਅੰਮਾ ਨੂੰ ਉਹਨਾਂ ਨੂੰ ਮੈਂ ਲਾ ਕੇ ਲਾਇਆ ਮੈਂ ਉਹਨਾਂ ਨੂੰ ਇਹ ਘਰ ਦਾ ਪਤਾ ਕੋਨੇ ਮੈਂ ਪਰੇਸ਼ਾਨ ਨਾ ਹੋਵਾਂ ਹਾਂ ਇਸ ਗੱਲ ਤੇ ਨਾ ਦੇ ਪਈਆਂ ਤੂੰ ਮੰਜੀਆਂ ਮੁੰਜੀਆਂ ਸੈੱਟ ਕਰ ਮੈਂ ਕਰ ਲੈਣੀ ਆ ਫਟ ਕੇ ਚੱਲ ਤੂੰ ਨਹੀਂ ਅਗਾ ਛੋਏਰਾ ਤੂੰ ਤੁੰਦੇ ਹੀ ਨਹੀਂ ਨੀ ਜ਼ੇਬੀ ਤੇ ਨਾਦਰੀ ਆ ਹਾਂਜੀ ਜਿਹੜੀ ਤੁਹਾਡੀ ਵਰਜਾਈ ਹੈ ਨਾ ਸੁਗਰੀ ਉਹਨੂੰ ਨਾ ਪਤਾ ਲੱਗਣ ਦਾ ਵਿਆਹ ਉਹ ਤਾਂ ਕੁੱਤੇ ਦੀ ਵੱਡੀ ਹੋਈ ਹੈ ਉਹ ਤਾਂ ਤੁਹਾਡੇ ਰਿਸ਼ਤੇ ਕਰਨ ਤੇ ਨਹੀਂ ਰਾਜ਼ੀ ਨਹੀਂ ਠੀਕ ਹੈ ਨਹੀਂ ਦੱਸਦੇ ਹਾਂ ਉਹਨੂੰ ਯਾ ਪਤਾ ਲੱਗ ਗਿਆ ਨਾ ਉਸ ਪੀਰਾਂ ਤੇ ਬਾਜ ਪਾਉਣਾ ਨੇ ਤਵੀਜ਼ ਲਵੇਂ ਬਿਨਾਂ ਦਾ ਘਰ ਨਾ ਬਣਨੇ ਇਵੇਂ ਰੁਲਦੀਆਂ ਰਹਿ ਮੈਂ ਤਾਂ ਬੂਏ ਤੇ ਬੁੱਢੀਆਂ ਹੋ ਜਾਵੇਂ ਨਹੀਂ ਅਮਾ ਤੂੰ ਬੇਫਿਕਰ ਹੋ ਨਹੀਂ ਦੱਸਦੀਆਂ ਹਾਂ ਧੋ ਲਵੋ ਚਲ ਪਾਣੀ ਛੱਡ ਹਾਂ ਧੋ ਕੇ ਤਾਂ ਆ ਜਾ ਵਿਆਹ ਬਸ ਕੀਤੀ ਰੱਖੀ ਸਾਰੀਆਂ ਗੱਲਾਂ ਸੁਣੀ ਰੱਖੀ ਆਪਣੀਆਂ ਸੁਣਾਈ ਰੱਖੀ ਇੱਕ ਘੰਟਾ ਹੋ ਗਿਆ ਗੱਪਾਂ ਛੱਪਾਂ ਲਾਉਂਦੇ ਨੂੰ ਤੇ ਤੂੰ ਨਾ ਸਾਨੂੰ ਚਾਹ ਪੁੱਛੀ ਏ ਨਾ ਬੋਤਲ ਪੁੱਛੀ ਓਏ ਹੋਏ ਗੱਲਾਂ ਦੇ ਵਿੱਚ ਯਾਦ ਹੀ ਨਹੀਂ ਰਿਹਾ ਚਾਹ ਪਾਣੀ ਦਾ ਤੇ ਨਾਲੇ ਤੁਸੀਂ ਕਿਹੜਾ ਦੂਰੋਂ ਪੁਰਾਣੇ ਆਏ ਨੇ ਵੀ ਤੁਹਾਨੂੰ ਚਾਹ ਪਾਣੀ ਪੁੱਛੀਏ ਨਾਲੇ ਤੁਸੀਂ ਕਿਹੜਾ ਪੁਰਾਣੇ ਹੀ ਨੇ ਵੀ ਤੁਹਾਨੂੰ ਚਾਹ ਪਾਣੀ ਪੁੱਛੀਏ ਤੁਸੀਂ ਤੇ ਘਰ ਤੇ ਬੰਦੇ ਹੀ ਨੇ ਜਿਸੋ ਦਿਲ ਕਰੇ ਚਾਹ ਪਾਣੀ ਆਰਡਰ ਲਾਓ ਉਹ ਮੈਨੂੰ ਪਤਾ ਹੈ ਅਸੀਂ ਪਿਛਲੀ ਢਾਣੀ ਤੋਂ ਆਇਆ ਲੇਕਿਨ ਰੋਜ਼ ਆ ਕੇ ਬਾਨੇ ਰੋਜ਼ ਕਦੇ ਤੂੰ ਚਾਹ ਪਵਾਣਾ ਕਦੇ ਬੋਤਲ ਪਵਾਣਾ ਤੇ ਅੱਜ ਕਿਉਂ ਨਾਗਾ ਭਾਈ ਅੱਜ ਗੱਲਾਂ ਮੈਂ ਗੱਲਾਂ ਦੇ ਵਿੱਚ ਯਾਰ ਯਾਦ ਨਹੀਂ ਰਿਹਾ ਲੇਕਿਨ ਤੁਸੀਂ ਮੈਨੂੰ ਯਾਦ ਕਰਾਓ ਸਾਨੂੰ ਬੋਤਲ ਪਿਵਾ ਚਾਹ ਪਿਵਾ ਸੁਗਰੀ ਨੂੰ ਆਣਾ ਚਾਹ ਪਿਵਾਵੇ ਚਾਹ ਤੂੰ ਸਾਰੀ ਦੁਨੀਆ ਨੂੰ ਆਂਦਾ ਮੇਰਾ ਵੀ ਸਿਆਣਾ ਸਿਆਣਾ ਤੇ ਅੱਜ ਸਾਨੂੰ ਬੁੱਲਾ ਬੈਠੇ ਆ ਸੁਗਰੀ ਓਏ ਮੇਰੇ ਯਾਰ ਆਏਣ ਇਹਨਾਂ ਨੂੰ ਚਾਹ ਪਿਵਾ ਬਲਕਿ ਰਹਿਣ ਦੇ ਗਰਮੀ ਹੈ ਬੋਤਲ ਪਾ ਦੋ ਬੋਤਲ ਪਿਵਾ ਠੱਡੀ ਬੋਤਲ ਪਿਵਾ ਹੁਣੇ ਲਾਇਆ ਚੰਗਾ ਕੀਤਾ ਪੁੱਛਦਾ ਸਾਦਾ ਪਾਣੀ ਨਹੀਂ ਪਿਆ ਉਹ ਯਾਦ ਕਰਾਉਣਾ ਪੰਦਾ ਹੈ ਹਾਂ ਅੱਜ ਬੋਲਿਆ ਨਹੀਂ ਤਨੋਜ ਵੀ ਮੰਨਦਾ ਆਪਣੀਆਂ ਗੱਲਾਂ ਚ ਐਵੇਂ ਲੱਗਿਆ ਰਿਹਾ ਹਾਂ 2.5 ਲੀਟਰ ਵਾਲੀ ਬੋਤਲ ਹੈ ਕੋਈ ਐਡਵਾਂਸ ਲਿਆ ਤੇ ਰੱਖੀ ਹੋਈ ਓ ਫ੍ਰਿਜ ਹੈ ਨਾ ਫ੍ਰਿਜ ਦੇ ਵਿੱਚ ਰੱਖੀ ਦੀ ਹੈ ਸਾਰੇ ਕੋਲ ਵਰਜਾਈ ਸੁਭਾ ਦੇ ਨਾਲ ਲਿਆਂਦੀ ਆਈ ਆ ਪਾਸ ਤੇ ਰੱਖੀ ਬੈਠੀ ਹੈ ਓ ਸਿਆਣੀ ਹੈ ਤੂੰ ਸਿਆਣਾ ਕੋਈ ਨਹੀਂ ਅੱਛੇ ਮੇਰੇ ਤਰ੍ਹਾਂ ਇਹ ਤਾਂ ਬੜਾ ਚੰਗਾ ਕਰਦੇ ਤੇ ਗਰਮੀ ਕਿਉਂ ਆ ਜਾਣਾ ਸੋਚ ਇੱਕ ਤੁਸੀਂ ਮੇਰੀਆਂ ਮੂੰਹ ਦੇ ਉੱਤੇ ਬਦਖੋਈਆਂ ਕੀਤੀ ਜਾਂਦੇ ਨੇ ਇੱਕ ਮੈਂ ਤੁਹਾਨੂੰ ਬੋਤਲਾਂ ਪੀਵਾਉਣ ਦਾ ਪਿਆ ਮੈਂ ਵੀ ਇੱਥੇ ਤਾਂ ਤੁਸੀਂ ਚਲੋ ਪੀ ਲਓ ਬਹੁਤ ਅੱਛਾ ਇਨਸਾਨ ਹੈ ਤੂੰ ਜਾ ਤਾਂ ਬੋਤਲਾਂ ਪਵਾਣਾ ਸ਼ਾਬਾਸ਼ ਆਇਓ ਜੀ ਗੱਲਾਂ ਕਰੋ ਮੇਰਾ ਦਿਲ ਰਾਜ਼ੀ ਹੋਵੇ ਤਾਂ ਕਿ ਮੈਂ ਬੋਤਲਾਂ ਤੋਂ ਇਲਾਵਾ ਵੀ ਤੁਹਾਨੂੰ ਕੁਝ ਖਵਾਵਾਂ ਪੀਵਾਂ ਜੇ ਤੁਸੀਂ ਮੇਰੀ ਬਦਖੋਈ ਕਰ ਸਮਾਂ ਤੁਹਾਨੂੰ ਕੀ ਖਵਾਵਣਾ ਪੀਵਾਵਣਾ ਮੋੜ ਦਾ ਕਿਹੜਾ ਬਕਵਾਲ ਆ ਤੈਨੂੰ ਨਾ ਬੱਕਰੇ ਦੇ ਇਸੇ ਦੇ ਬਕਵਾਲ ਆ ਤੇਰਾ ਮੂੰਹ ਬੱਕਰੇ ਵਰਗਾ ਹੈ ਅੱਗੇ ਤਾਂ ਤੂੰ ਬੱਕਰੇ ਖਾਂਦਾ ਰਹਿਣਾ ਨਾ ਹੈ ਕਦੀ ਕਦੀ ਖਾ ਲਵਿੰਦਾ ਹੈ ਉੱਛਲ ਵਾਲੀ ਸ਼ਾਇਰ ਤੋਂ ਇੰਨੀ ਖਰਾ ਖਾਂਦਾ ਉਸੇ ਇਵੇਂ ਕਰਦਾ ਮਜ਼ਾਕ ਕਰਦਾ ਪਰੇਸ਼ਾਨ ਨਾ ਵਿੱਚ ਨਿਆ ਤੂੰ ਚੱਲ ਮੈਂਟ ਮਾਰ ਮੈਂਟ ਮਾਰ ਅਸੇ ਢਾਈ ਬੰਦੇ ਆ ਉਹ ਤੋਂ ਮੇਰੇ ਚਵਾਣੀ ਆ ਗਈ ਤੂੰ ਨੇ ਬੋਤਲ ਖੋ ਲੈਣੀ ਮੇਰੇ ਹੱਥੋਂ ਉਹ ਸਹਿ ਪਈ ਏ ਤੂੰ ਵੀ ਪੀ ਲਵੀਂ ਉਹ ਵੀ ਪੀ ਲੈ ਸੀ ਉਹਨੇ ਮੇਰੇ ਹੱਥੋਂ ਖੋ ਲੈਣੀ ਤੇ ਤੁਹਾਡੇ ਇੱਕ ਤਾਂ ਇੱਕ ਬੰਦਾ ਰਹਿ ਜਾਣਾ ਬਸ ਬਸ ਇਹਨ ਬੜੀ ਏ ਨਹੀਂ ਨਹੀਂ ਸਾਰੀ ਫੁੱਲ ਵੀ ਵਾ ਨਹੀਂ ਵੈਸੇ ਇਨਸਾਫ ਵਾਲਾ ਬੰਦਾ ਹੀ ਬੜਾ ਚੰਗਾ ਬੰਦਾ ਇਹ ਬੋਤਲ ਕਿਹਨੂੰ ਪਾਈ ਆ ਮੇਰੇ ਯਾਰ ਆ ਬੈਠਣ ਕੁੱਕੀ ਹੋ ਰਹੀ
ਇਹ ਤਾਂ ਰੋਜ਼ਾਨਾ ਹੀ ਮੂੰਹ ਚਾ ਕੇ ਆ ਜਾਂਦੇ ਨੇ। ਕਿਹੜੀ ਗੱਲ ਹੈ, ਮੇਰੇ ਬੇਲੀ ਜੋ ਹੈ ਮੇਰੇ ਯਾਰ ਹੈ। ਅੱਛਾ, ਬੇਲੀ ਜੋ ਹੈ ਨਾ ਯਾਰ ਹੈਗੇ ਨੇ, ਤੇ ਵਾਪਸੀ ਕਿਉਂ ਲਿਆਉਂਦੀ ਆਈ? ਓਏ ਇਹ ਬਚ ਗਈ ਨਾ, ਮੁਰ ਰੱਖਦੇ ਪਏ। ਅੱਛਾ, ਵਧੀਆ ਸ਼ੈ ਮੈਂ ਖਾਵਾਂ। ਨਹੀਂ ਨਹੀਂ, ਐਵੇਂ ਥੋੜੀ ਜੀ ਪਿਵਾਈ ਆ, ਵੇਖ ਬਾਕੀ ਸਾਰੀ ਤਾਂ ਪਈ ਹੋਈ ਹੈ। ਇੰਦੀ ਹੁਣ ਕੋਈ ਜ਼ਰੂਰਤ ਨਹੀਂ, ਗੈਂ ਸਾਰੀ ਤੂੰ ਕੱਢ ਦਿੱਤੀ, ਮੇਰੇ ਬਾਰੂ ਖਾਲੀ ਚ ਡੋਲ ਤੇ ਭਾਵੇਂ ਇਹਨਾਂ ਨੂੰ ਲਗਾ ਚਾ। ਮੈਨੇ ਬਦਲ ਚਾਹੀਦੀ ਨਾ, ਅੱਜ ਤੋਂ ਬਾਅਦ ਫ੍ਰਿਜ ਲਿਆਵੀਂ ਤੇ ਨਾ ਹੱਥ ਲਾਵੀਂ। ਅੱਜ ਤੋਂ ਬਾਅਦ ਮੈਂ ਫ੍ਰਿਜ ਲੈ ਨਹੀਂ ਜਾਂਦਾ, ਨਾ ਫ੍ਰਿਜ ਨੂੰ ਹੱਥ ਲਾਉਂਦਾ, ਪਰ ਮੇਰੇ ਬੇਲੀਆਂ ਨੂੰ ਕੁੱਤਾ ਕਿਸ ਹਿਸਾਬ ਵਿੱਚ ਤੂੰ ਆਖੀ ਕਰੋ। ਉਹ ਕੁੱਤੇ ਉਹ ਕੁੱਤਿਆਂ ਤੋਂ ਘੱਟ ਵੀ ਨਹੀਂ ਹੈਗੇ ਰੋਜ਼ਾਨਾ ਮੂੰਹ ਚਾ ਕੇ ਬੱਚੇ ਆਉਂਦੇ ਨੇ। ਕਿਸੇ ਦਿਨ ਤਾਂ ਕੁੱਤਾ ਵੀ ਆਉਂਦਾ, ਮੈਂ ਇਸ ਗੱਲ ਨਾ ਜਾਣਾ, ਮੈਂ ਕੋਈ ਹੋਰ ਘਰ ਲੱਭ ਲਵਾਂ, ਉਹਨਾਂ ਨੇ ਕੋਈ ਹੋਰ ਘਰ ਲੱਭਾ ਖਲੋਤਾ ਖਾਵਣ ਪੀਵਣ ਨੂੰ। ਓਏ ਤੂੰ ਵੀ ਸ਼ਰਮ ਕਰ ਜਾ, ਮੇਰੇ ਬੇਲੀਆਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕੀਤੀ ਜਾਣੀ, ਆਹ ਸੁਣਦੇ ਪੈਣ ਕੋਲ ਤੇ ਸੁਣੀ ਜਾਵਣ, ਮੈਨੂੰ ਤੇਰੇ ਬੇਲੀਆਂ ਦਾ ਡਰ ਜਾਂ ਤੇਰਾ ਡਰ ਹੈਗਾ? ਵਗ ਜਾ, ਅੰਦਰ ਵਗ ਜਾ, ਅੰਦਰ ਵਗ ਜਾ, ਮੈਂ ਤੇਰੇ ਕੋਲ ਡਰਦੀ ਨਹੀਂ ਹੈਗੀ, ਉਹਨਾਂ ਸਾਹਮਣੇ ਚੌੜਾ ਨਾ ਹੋਵੀਂ ਪਿਆ। ਨਹੀਂ ਚੌੜਾ ਹੁੰਦਾ, ਚੱਲ ਜਾ, ਸਾਰੀ ਬੋਤਲ ਆਪਾਂ ਨੂੰ ਡੇਜ ਗਈ। ਬੜਾ ਫਾਇਦਾ ਹੋ ਗਿਆ। ਉਹ ਕਿਵੇਂ ਕਬੜੀ ਇੱਕ ਦੇ ਦਿੱਤੀ, ਸੋਨਾ ਕੇ ਸਾਰੀ ਪੀ ਲਓ। ਚੰਗਾ ਕੀਤਾ। ਅੱਛਾ, ਮੇਰੀ ਸਮਾਣੀ ਨੇ ਕੋਈ ਬਾਤ ਕਲਾਮੀ ਕੀਤੀ ਹੋਵੇ, ਕੋਈ ਬੰਦਾ ਬੋਲਿਆ ਹੋਵੇ, ਬੁਰਾ ਨਾ ਮਨਾਵੇ ਯਾਰ, ਐਵੇਂ ਮੂੰਹ ਵਾਈ ਗਈ ਆ। ਕੋਈ ਨਹੀਂ, ਸਮਾਣੀਆਂ ਦੀ ਆਦਤ ਹੁੰਦੀ ਐ। ਮੈਂ ਅੱਛਾ, ਸਾਨੂੰ ਪਤਾ ਜ਼ਬਾਨ ਦੀ ਬੜੀ ਕੌੜੀ ਏ। ਹਾਂ, ਇਹ ਜਿਹੜੀ ਬੇਇੱਜ਼ਤੀ ਕਰਦੀ ਏ ਨਾ, ਇਹ ਬੇਇੱਜ਼ਤੀ ਨਹੀਂ ਹੁੰਦੀ, ਉਲਟਾ ਮੱਲਾ ਹੁੰਦਾ। ਅੱਛਾ, ਮੈਨੂੰ ਆਪ ਨੂੰ ਬੜੀ ਤਲਬ ਹੋ ਰਹੀ ਸੀ, ਠੀਕ ਹੈ, ਇਹ ਨਾ ਕਰਵਾਈਏ ਤੇ ਹਲਾ ਵੀ ਨਹੀਂ ਹੁੰਦੀ। ਫਿਰ ਵੀ ਚੋਰ ਦੀ ਖਾਦ ਦੀ ਬੜੀ ਹੁੰਦੀ। ਹੋਰ ਪੀਓ, ਹੋਰ ਪੀਓ, ਬਲਕਿ ਇਸ ਤਰ੍ਹਾਂ ਕਰ, ਇੱਕ ਇੱਕ ਗਲਾਸ ਪਵਾ, ਫਿਰ ਜਾ ਕੇ ਬੇਇੱਜ਼ਤੀ ਕਰਵਾ, ਉਹ ਹਜ਼ਮ ਹੋ ਜਾਸੀ, ਫਿਰ ਗਲਾਸ ਗਲਾਸ ਜਾ ਪਵਾਵੇਂ। ਸ਼ਾਬਾਸ਼ ਸ਼ਾਬਾਸ਼, ਪੀਓ ਪੀਓ, ਹਲ ਤੁਸੀਂ ਪੀਓ। ਅੱਛਾ, ਬੋਤਲ ਝੁੱਠੀ ਨਾ ਕਰ। ਮੈਂ ਵਿੱਚ ਕੋ ਮੂੰਹ ਪਾਉਂਦਾ ਪਿਆ। ਨਹੀਂ, ਗਲਾਸ ਨਾ ਪੀਓ। ਰਮਜ਼ੀਆ ਲੱਖ ਲਾਨਾ ਤੇ, ਅਬੇ ਗੈਰਾ ਤਾਂ ਕੇ ਇਹਨੇ ਸ਼ਰਮ ਯਾ ਨਹੀਂ ਆਉਂਦੀ, ਇਦੂ ਨਾਰੂ ਠਿੰਦੇ ਲੱਗੇ ਆਉਂਦੇ ਤੇ ਇਦੇ ਬੰਦੇ ਆਉਂਦੇ ਨੇ, ਤੇਰੇ ਵੇਲੜ ਬੇਲੀ ਕਦੀ ਬੋਤਲਾਂ ਪੀਂਦੇ ਆਉਂਦੇ ਨੇ, ਕਦੀ ਚਾਵਾਂ ਪੀਂਦੇ ਨੇ, ਕਦੀ ਟੁੱਕਰ ਖਾਂਦੇ ਆਉਂਦੇ। ਇਦੂ ਚਿੱਟਾ ਬਦਲ ਚੜਿਆ, ਉਹ ਲੈ ਗਿਆ, ਹੁਣ ਇਦੂ ਕਾਲਾ ਬਦਲ ਚੜਾ ਹੁੰਦਾ ਲੱਗਦਾ ਹੈ। ਬਸ ਚਿੱਟਾ ਬਦਲ ਤੋਂ ਤਾਂ ਆਪਾਂ ਬਚ ਗਏ ਹਾਂ, ਤੇ ਇਹ ਜਿਹੜਾ ਕਾਲਾ ਬਦਲ ਹੈ ਨਾ, ਇਸ ਵਸਣਾ ਹੀ ਅੰਮਾ ਜੀ। ਓ ਮੇਰੇ ਬੇਲੀ ਹੈ, ਬੇਲੀ ਬੇਲੀ ਹੈ। ਮੈਂ ਤੈਨੂੰ ਕਿੰਨੀ ਵਾਰੀ ਮਨਾ ਕੀਤਾ, ਇਹਨਾਂ ਨੂੰ ਨਾ ਇੱਥੇ ਬਣਾ ਦਿੱਤਾ ਕਰ, ਤੂੰ ਮੇਰਾ ਉਜਾੜਾ ਕਰ ਦੱਸ। ਹੁਣ ਇੱਥੇ ਮੈਂ ਵੇਖ ਲੈ ਨਾ ਤੇਰੀ ਹਾਲਾਤ, ਮੈਂ ਉਹ ਕਰਸਾਂ ਜਿਹੜੀ ਨਾ ਕਰਨ ਦੀ ਹੋਈ। ਲੋ ਕਰ ਲੋ ਗੱਲ, ਅੰਮਾ ਹੁਣ ਬੂਹੇ ਤੇ ਪੁਰਾਣਾ ਆ ਜਾਵੇ ਤਾਂ ਉਹਨੂੰ ਬੰਦਾ ਪਾਣੀ ਵੀ ਨਾ ਪੁੱਛੇ, ਪਾਣੀ ਤਾਂ ਪੁੱਛਣਾ ਪੈਂਦਾ, ਬਲਕਿ ਪਿਵਾਵਣਾ ਪੈਂਦਾ। ਅਗਤ ਬਾਦ ਇੱਥੇ ਕੋ ਪੁਰਾਣਾ ਆ ਗਿਆ ਨਾ, ਤੂੰ ਚਾਹ ਪਾਣੀ ਨਹੀਂ ਪੁੱਛਣਾ, ਉਹਨਾਂ ਨੇ ਤਾਂ ਵਜਾਵਣਾ ਹੀ। ਠੀਕ ਹੈ, ਇਹ ਮੈਂ ਤੈਨੂੰ ਦੱਸ ਦਿਵਾਂ। ਅੰਮਾ ਮੈਂ ਵਜਾ ਦੇਸਾਂ, ਲੈ ਇਹ ਕਿਹੜੀ ਗੱਲ ਹੈ, ਅੱਗੇ ਮੈਨੂੰ ਤੂੰ ਆਖਿਆ ਕਦੀ ਨਹੀਂ, ਹੁਣ ਮੈਨੂੰ ਤੂੰ ਆਖਿਆ, ਹੁਣ ਜਿਹੜਾ ਪੁਰਾਣਾ ਆਵੇਗਾ ਆਪਾਂ ਬੂਹੇ ਨੂੰ ਤੂੰ ਵਜਾ ਦੇਵਾਂਗੇ, ਲਿੱਤਰ ਮਾਰ ਕੇ ਪਜਾ ਦੇਵਾਂਗੇ। ਮੈਂ ਤਾਂ ਆਪ ਬਹੁਤ ਬੜਾ ਖਰ ਦਿਮਾਗ ਕਿਸਮ ਦਾ ਇਨਸਾਨ ਆ। ਮੈਂ ਜਾਣਦੀ ਪਿਆ ਹਾਂ ਕੰਮੋਂ ਮੇਰਾ ਸਿਰ ਦੇ ਗਾਰ। ਉਹ ਤੇ ਕੀ ਕਰਨ ਜਾਂਦੀ ਪਿਆ? ਕੰਮ ਹੈ ਮੈਂ ਨਿੱਕਾ ਜਿਹਾ, ਆਣ ਕੇ ਦੱਸੇ ਸਾ ਤੇ ਨਾ ਚਸ ਕੇ ਲਏ ਕਾਰ। ਅੱਛਾ ਹਾਂ, ਜਾ ਮੁੜ ਤੂੰ ਚਸ ਕੇ ਲੈ ਲੈ। ਸੁਗਰੀਆ, ਆ ਸੁਗਰੀ ਟੁਗਰੀਆ, ਅਰਮਜੀ ਗਮਜੀ ਆ, ਕਾਲੀ ਬੁੱਥੀ ਵਾਲੇ ਆ, ਕਾਲੇ ਸ਼ਕਲ ਵਾਲੇ, ਮੇਰੀ ਬੋਤਲ ਦੇ ਉਜਾੜੇ ਪਾਵਣ ਵਾਲੇ ਆ ਕੇ। ਗੱਲ ਸੁਣ ਲੈ ਮੇਰੀ। ਸੁਣਾ। ਮੈਂ ਤਾਂ ਤੈਨੂੰ ਸਿਰਫ ਇੰਨੀ ਸਾਰੀ ਗੱਲ ਕੀਤੀ, ਤੂੰ ਅੱਗੋਂ ਇੰਨੀ ਕਰਨੀ ਹੈ, ਉਹ ਸ਼ਰਮ ਹਜਾ ਵੀ ਹੁੰਦਾ। ਅੰਮਾ ਇੱਕ ਨਵਾਂ ਆਰਡਰ ਲਾ ਗਈ ਹੈ ਮੈਨੂੰ। ਕੀ? ਉਹ ਹੁਣ ਮੈਂ ਆਰਡਰ ਤੈਨੂੰ ਸੁਣਾ ਲਵਾਂ, ਉਸ ਤੇ ਅਮਲ ਹੋਣਾ ਜ਼ਰੂਰੀ ਹੈ, ਨਹੀਂ ਤਾਂ ਮੇਰੀ ਤਾਂ ਬੇਇੱਜ਼ਤੀ ਹੋਣੀ ਹੋਣੀ, ਨਾਲ ਤੇਰੀ ਵੀ ਹੋ ਜਾਣੀ ਹੈ। ਉਹ ਕੀ ਆਰਡਰ ਹੈ? ਬੁਕਸ ਇੱਕ ਨਹੀਂ। ਸ਼ੁਰੂ ਕਰਦਾ ਪਿਆ। ਅੰਮਾ ਆਖਿਆ ਖਬਰਦਾਰ, ਇਸ ਘਰ ਦੇ ਵਿੱਚ ਕੋਈ ਪੁਰਾਣਾ ਆ ਜਾਵੇ ਤੇ ਉਹਨੂੰ ਨਾ ਪਾਣੀ ਪਿਵਾਉਣਾ, ਨਾ ਚਾਹ ਪਿਵਾਉਣੀ, ਨਾ ਰੋਟੀ ਖਵਾਉਣੀ ਹੈ, ਬਲਕਿ ਬੂਹੇ ਤੂੰ ਵਜਾ ਦੇਣਾ। ਇਹ ਗੱਲ ਤਾਂ ਮੈਂ ਬੜੀ ਸੋਹਣੀ ਕਰ ਗਈ, ਮੈਨੂੰ ਪਸੰਦ ਆਈ ਹੈ। ਲੱਖ ਲਾਨਾ ਤਈ, ਤੂੰ ਤਾਂ ਚਲੋ ਆਖਿਆ ਜਾ, ਅੰਮਾ ਨੇ ਗਲਤ ਗੱਲ ਕੀਤੀ। ਗਲਤ ਨਹੀਂ ਕੀਤੀ, ਉਹਨੇ ਸਹੀ ਗੱਲ ਕੀਤੀ ਹੈਗੀ ਹੈ, ਸਾਡੇ ਕੋਲ ਇਹਨਾਂ ਖਰਚੇ ਨੇ ਇੱਕ ਜਿਹੜਾ ਉਹਨਾਂ ਨੂੰ 24 ਘੰਟੇ ਖਵਾਈ ਰੱਖੀ ਹੈ ਮਾਲ। ਪੁਰਾਣਾ ਤਾਂ ਪੁਰਾਣਾ ਹੀ ਹੁੰਦਾ। ਤੂੰ ਬਸ ਨਾ, ਬਸ ਕਰ, ਬਸ ਅੰਮਾ ਆਰਡਰ ਲਾ ਗਈ ਨਾ, ਆਪਾਂ ਹੁਣ ਦੋਵਾਂ ਜੀਆਂ ਇਸ ਆਰਡਰ ਤੇ ਕਾਇਮ ਰਹਿਣਾ, ਭਾਵੇਂ ਜਿਹੜਾ ਵੀ ਕੋਈ ਆਇਆ। ਚਲੋ ਹੁਣ ਕਾਇਮ ਰਹਿ ਲਿਸਾ, ਨਹੀਂ ਤਾਂ ਮੈਂ ਤਾਂ ਬਾਕੀ ਤੂੰ ਮੇਰੀ ਕੰਡ ਤੇ ਹੱਥ ਰੱਖਣਾ ਤੇ ਮੈਂ ਫੁੱਲ ਕਾਇਮ ਹੋ ਜਾਣਾ। ਆਪਾਂ ਹੁਣ ਉਹਨੂੰ ਆਖੇ ਤੇ ਜੁੱਤੀਆਂ ਮਾਰ ਕੇ ਕੜਸਾ ਹੈ। ਹਾਂ ਬਸ ਠੀਕ ਹੈ। ਹਾਂ ਲੇਕਿਨ ਤੂੰ ਵੀ ਆਦੇ ਬੇਲੀਆਂ ਨੂੰ ਨਾ ਬੋਤਲ ਨਹੀਂ ਪਵਾਣੀ। ਨਹੀਂ ਨਹੀਂ, ਆ ਫ੍ਰਿਜ ਚ ਰੱਖ ਲੈ। ਨਹੀਂ ਇਹ ਬੋਤਲ ਤੂੰ ਰੱਖਣੀ ਨਹੀਂ। ਨਹੀਂ ਨਹੀਂ, ਆ ਜਾ ਔਰਾ, ਆਇਓ। ਬਿਸਮਿਲ੍ਲਾ ਬਿਸਮਿਲ੍ਲਾ ਬਿਸਮਿਲ੍ਲਾ, ਆਓ ਆਓ, ਆਜੋ ਆਜੋ ਆਜੋ, ਆ ਇਹਨੇ ਘਰ ਤਸੱਲੀ ਨਾਲ ਵੇਖ ਲਓ।
ਉਜੀ ਮੰਦਾ ਇਹ ਤੁਹਾਡੇ ਸਾਹਮਣੇ ਤੇ ਅਗਰ ਆ ਗਈ ਰਿਸ਼ਤੇ ਵਾਲੀ ਗੱਲ ਉਹ ਤੁਹਾਨੂੰ ਅਗਰ ਰਿਸ਼ਤਾ ਵੀ ਖਾਈਣਾ ਠੀਕ ਹੈ ਚਲੋ ਚਲੋ ਬਾਕੀ ਗੱਲਾਂ ਉਥਾਂ ਹੀ ਬਹਿ ਕੇ ਠੀਕ ਹੋ ਆਜੋ ਆਜੋ ਬਹੁਤ تشریف ਰੱਖੋ ਜਨਾਬ ਖੁੱਲੇ ਹੋ ਦੋ ਬਾਜੋ ਬਾਬਾ ਆਪ ਦਾ ਜਾਨ ਦੀ ਅਸਾ ਬੰਦੀ ਆਈ ਕਰ ਇਦੂ ਬਾਰ ਅੱਛਾ ਭਾਈ ਜਾਨ ਗੱਲ ਹੈ ਰਿਸ਼ਤੇ ਬੈਠਣੇ ਨਾ ਕੋਲ ਦੋ ਠੀਕ ਹੋ ਗਿਆ ਠੀਕ ਹੋ ਗਿਆ ਜੇ ਰਿਸ਼ਤਾ ਤੁਹਾਨੂੰ ਪਸੰਦ ਆਵੇ ਉਹ ਤੁਸੀਂ ਆਪ ਹਾਂ ਕਰਨੀ ਹੈ ਠੀਕ ਹੈ ਇਸ ਪੁੱਤਰ ਨੂੰ ਨਾਲ ਲਿਆਂਦਾ ਜੀ ਜੀ ਜਿਹੜਾ ਇਹਨੂੰ ਪਸੰਦ ਹੋਇਆ ਸੀ ਉਹਦੇ ਤੇ ਹੱਥ ਰੱਖ ਦੇਵਾਂ ਹਾਂਜੀ ਮੇਰਾ ਕੰਮ ਹੈ ਤੁਹਾਨੂੰ ਘਰ ਵੀ ਖਾਵਣਾ ਅਗਲੀ ਗੱਲਬਾਤ ਤੁਸੀਂ ਆਪ ਕਰਨਾ ਠੀਕ ਹੈ ਅਗਲੀ ਗੱਲਬਾਤ ਅਸੀਂ ਆਪ ਹੀ ਕਰ ਲਾਂਗੇ ਜਿਵੇਂ ਦਾ ਮੇਰਾ ਦਿਓਰ ਸੋਹਣਾ ਹੈ ਨਾ ਤੇ ਪੜਿਆ ਲਿਖਿਆ ਨਾਲੇ ਬਾਹਰੋਂ ਪੜ ਕੇ ਆਇਆ ਤੇ ਕੁੜੀ ਵੀ ਮੈਨੂੰ ਸੋਹਣੀ ਚਾਹੀਦੀ ਹੈ ਤੇ ਪੜੀ ਲਿਖੀ ਚਾਹੀਦੀ ਹੈ ਹਾਂ ਹਾਂ ਸੱਚੀ ਆਂਦੀ ਪਈ ਹੈ ਉਹ ਮੇਰੀ ਭੈਣ ਇਹ ਪਿੰਡਾਂ ਦੀਆਂ ਲੜਕੀਆਂ ਤੇ ਦਾਦਾ ਪੜੀ ਹੋਈਆਂ ਤੇ ਬਾਕੀ ਰਹਿ ਗਈ ਗੱਲ ਸੋਹਣੀ ਵਾਲੇ ਸੋਹਣੀਆਂ ਤੋਂ ਨਿਰੀਆਂ ਹੈ ਸਾਡੇ ਘਰ ਚ ਆਏ ਕੀ ਮਜਮਾ ਲੱਗਾ ਖਲੋਤਾ ਵੇਖ ਸਹੀ ਅੱਛਾ ਬੇਟਾ ਜੀ ਜੀ ਘਰ ਦੇ ਜੀ ਕਿਦੇ ਨੂੰ ਬੁਲਾ ਕੇ ਜ਼ਰਾ ਉਹਨਾਂ ਨੂੰ ਅੱਛਾ ਘਰ ਦੇ ਜੀ ਓ ਬਾਜੀ ਸੁਗਰੀ ਤਾਈ ਖਲੀ ਨੇ ਤੇ ਬਾਕੀ ਤੁਹਾਨੂੰ ਮਿਲਾਈਨੇ ਆ ਜਾ ਬਾਜੀ ਆ ਜਾ ਐਵੇਂ ਭੂਤਨਾ ਜੀ ਆਏ ਕੀ ਮਜਮਾ ਲਾ ਕੇ ਬੈਠੋ ਆ ਓ ਮੇਰੀ ਭੈਣ ਇਹ ਰਿਸ਼ਤੇ ਵਾਲੇ ਨੇ ਤੇ ਰਿਸ਼ਤਾ ਵੇਖਣਾ ਤੇਰੀਆਂ ਨਨਾਣਾ ਦਾ ਮੇਰੀਆਂ ਨਨਾਣਾ ਦਾ ਜੀ ਇਹ ਉਹਨਾਂ ਦੀ ਵਰਜਾਈ ਹੈ ਬੜੀ ਮੇਰੋਖੀ ਜਈਏ ਤੂੰ ਟੈਨਸ਼ਨ ਨਾ ਲਓ ਪਰਜਾਈਆਂ ਹੁੰਦੀਆਂ ਸੜੀਆਂ ਬੁੱਝੀਆਂ ਹੋਈਆਂ ਤੇਰਾ ਕੰਮ ਹੋ ਜਾਸ ਹੈ ਨਹੀਂ ਸੁਗਰੀ ਤੇਰੀ ਸਾਸ ਐਡੀ ਚਲਾਕ ਨਿਕਲੀ ਹੈ ਤੈਨੂੰ ਦੱਸਿਆ ਵੀ ਨਹੀਂ ਸੁਖ ਤੇਰੀਆਂ ਨਨਾਣਾਂ ਦੀ ਮੈਂ ਸ਼ਾਦੀ ਕਰਾਂ ਤੇ ਰਿਸ਼ਤਾ ਵੇਖਣ ਹੁੰਦੇ ਪੈਣ ਆਪਣੇ ਘਰੇ ਹੋਵੇ ਤੇ ਰਮਜ਼ੀ ਕਮਲੇ ਨੂੰ ਸਾਦਕੇ ਤੇ ਇਹਨਾਂ ਨੂੰ ਘਰੋਂ ਬਾਹਰ ਕਢਾਵਾਂ ਰਿਸ਼ਤਾ ਖਰਾਬ ਕਰਾਂ ਰਮਜ਼ੀਆ ਰਮਜ਼ੀ ਹਾਂ ਹਾਂ ਕੀ ਗੱਲ ਹੈ ਅੰਮਾ ਤੈਨੂੰ ਕੀ ਆਰਡਰ ਦਿੱਤਾ ਆ ਅੰਮਾ ਹਾਂ ਅੰਮਾ ਮੈਨੂੰ ਆਰਡਰ ਦਿੱਤਾ ਹਾ ਕਿ ਵੀ ਤੁਹਾਡੇ ਘਰੇ ਕੋਈ ਵੀ ਪਰਾਣਾ ਆ ਜਾਵੇ ਤੇ ਉਹਨੂੰ ਨਾ ਪਾਣੀ ਪਿਵਾਉਣਾ ਨਾ ਰੋਟੀ ਖਵਾਉਣੀ ਨਾ ਚਾਹ ਪਿਵਾਉਣੀ ਨਾ ਬੋਤਲ ਪਿਵਾਉਣੀ ਹੈ ਬਲਕਿ ਖੜਿਆਂ ਖੜਿਆਂ ਬੂਹੇ ਦੇ ਉੱਤੋਂ ਵਜਾ ਦੇ ਫਿਰ ਆ ਬੈਠੂ ਇਹ ਨਾ ਵਾਰਾ ਪੁਰਾਣੇ ਇਹਨਾਂ ਨੂੰ ਵਜਾਈਏ ਰਲ ਕੇ ਰਲ ਕੇ ਕਿਉਂ ਉਹ ਮੈਂ ਇਕੱਲਾ ਹੀ ਕਾਫੀ ਆ ਤੇਰਾ ਹੱਥ ਮੇਰੇ ਕੰਡ ਤੇ ਹੋਵੇ ਤੇ ਵੇਖ ਇਹਨਾਂ ਨੂੰ ਵਜਦੇ ਜਾਂਦਿਆਂ ਨੂੰ ਓਏ ਬੂਤੜਿਆ ਜੀ ਭਾਈ ਇਸ ਹਿਸਾਬ ਦੇ ਵਿੱਚ ਮੇਰੇ ਵਿਹੜੇ ਦੇ ਵਿੱਚ ਇਹ ਬੰਦੇ ਲੈ ਕੇ ਆਇਆ ਬੈਠਾ ਸਾਡੇ ਕੋਲ ਕਿਦੂ ਆਇਆ ਸਾਡੇ ਘਰ ਆਇਆ ਬੇਇੱਜ਼ਤੀ ਕਰਦੇ ਪਾਇਓ ਜਨਾਬ ਹੋਰ ਵੀ ਆਏ ਹੋਏ ਨੇ ਇੱਜ਼ਤ ਮਾਂ ਇੱਜ਼ਤ ਨਾਲ ਹੀ ਇੱਥੋਂ ਨਿਕਲ ਜਾ ਤੈਨੂੰ ਬੋਲਣ ਦੀ ਤਮੀਜ਼ ਨਹੀਂ ਗਈ ਅਸੀਂ ਇੱਥੇ ਰਿਸ਼ਤਾ ਵੇਖਣ ਆਇਆ ਕੋਈ ਆਪਣੀ ਬੇਇੱਜ਼ਤੀ ਵੀ ਕਰਵਾਉਣ ਆਏ ਤੇ ਨਾਲੇ ਆਪਣੀ ਮਾਂ ਨੂੰ ਸੱਦ ਸਾਨੂੰ ਉਹਨੇ ਬੁਲਵਾਇਆ ਹੈਗਾ ਵਾਦੀਆ ਤੂੰ ਬੜੇ ਅਦਬ ਨਾਲ ਬੋਲਦੀ ਪਈ ਸਹੀ ਨਹੀਂ ਸਾਨੂੰ ਅਦਬ ਸਿਖਾਉਂਦੀ ਪਈ ਕਿੱਥੇ ਬੋਲੀ ਜਾਂਦੀ ਹੈ ਖੱਪ ਕੀਤੀ ਜਾਂਦੀ ਹੈ ਸਾਨੂੰ ਆਖੀ ਜਾਂਦੀ ਹੈ ਤੁਹਾਨੂੰ ਤਮੀਜ਼ ਕੋਈ ਨਹੀਂ ਨਹੀਂ ਬੀਬੀ ਤੂੰ ਬਾਦ ਅਦਬ ਨਾਲ ਤਾਂ ਤਮੀਜ਼ ਨਾਲ ਗੱਲਾਂ ਕਰਦੀ ਪਈ ਇੱਕ ਤਾਂ ਲਾਰਾ ਨਹੀਂ ਬੀਬੀ ਇਹਦੀ ਮਾਂ ਨੇ ਤੁਹਾਨੂੰ ਸਦਾਇਆ ਨਾ ਤੇ ਮਾਂ ਦਾ ਹੀ ਪੁੱਤਰ ਆਖਦਾ ਪਈ ਤੂੰ ਦਫਾ ਹੋ ਜਾ ਜਿਆਦਾ ਬੋਲਣ ਦੀ ਜ਼ਰੂਰਤ ਕੀ ਹੈ ਜੀ ਇੱਜ਼ਤ ਆਦੇ ਹੱਥ ਚ ਹੁੰਦੀ ਇਸ ਗੱਲ ਦਾ ਮਾਲਕ ਮੇਰਾ ਨਾਮ ਬੀਬੀ ਨਹੀਂ ਐਸੀ ਇੱਥੋਂ ਦੇ ਪਿੰਡ ਦੇ ਚੌਧਰੀ ਆ ਪਰ ਮੈਂ ਚੁਤਰਾਣੀ ਆ ਉਹ ਭਾਵੇਂ ਚੌਧਰੀ ਹੋਵੇ ਭਾਵੇਂ ਰਾਣੇ ਹੋਵੋ ਅਸੀਂ ਕੁਤਾੜੇ ਘਰੋਂ ਜਾ ਕੇ ਨਹੀਂ ਖਾਂਦੇ ਤੁਸੀਂ ਇੱਥੋਂ ਜਾਓ ਤੁਸੀਂ ਹੋ ਚੌਧਰੀ ਤੇ ਭਾਵੇਂ ਉਹ ਰਾਣੇ ਅਸੀਂ ਕੋਈ ਨਹੀਂ ਲੈਣੇ ਤੁਹਾਡੇ ਕੋਲੋਂ ਦਾਣੇ ਓਏ ਐਵੇਂ ਕਿਹਾ ਕੰਮ ਠੋਕੀ ਖਲ ਨਵਾਂ ਦਾਣੇ ਦਾਣੇ ਕੀਤੀ ਖਲਣੇ ਉਹ ਬੜੇ ਆਲੀ ਬਾਣ ਨੂੰ ਸੱਦ ਤੇ ਉਹਨਾਂ ਨਾਲ ਗੱਲ ਕਰਨੀ ਮੇਰੀ ਮਾਂ ਘਰੇ ਹੁੰਦੀ ਤਾਂ ਤੁਹਾਡੇ ਇੱਥੇ ਮੱਥੇ ਨਾ ਲੱਗ ਜਾਂਦੀ ਬਲਕਿ ਤੁਹਾਡੇ ਮੱਥੇ ਦੇ ਵਿੱਚ ਵੱਜਦੀ ਕਿਉਂ ਕੁੱਤੇ ਨਾ ਆਈ ਆ ਸਾਨੂੰ ਇੱਥੇ ਲਿਆ ਕੇ ਸਾਡੀ ਬੇਇੱਜ਼ਤੀ ਕਰਾਈ ਖਲ ਇਹ ਬਗੈਰਤ ਆ ਤੈਨੂੰ ਹਿਆ ਤੇ ਸ਼ਰਮ ਕੋਈ ਨਹੀਂ ਦੇ ਰਿਹਾ ਉਹ ਭਾਈ ਜਾਨ ਮੈਂ ਮਜਬੂਰ ਆ ਉਹਦੀ ਮਾਂ ਦੇ ਆਖਣ ਤੇ ਤੁਹਾਨੂੰ ਲਾਇਆ ਹੁੰਦਾ ਤੇ ਉਹ ਘਰ ਦਾ ਮਾਲਕ ਤੁਹਾਨੂੰ ਚੇਕਰੇਂ ਦੇ ਚ ਮੈਂ ਕੀ ਕਰ ਸਕਦਾ ਸੀ ਯਾਰ ਮੇਰੀ ਮਾਂ ਹੀ ਆਰਡਰ ਦਿੱਤਾ ਹੈ ਕਿ ਇੱਥੇ ਜਿਹੜਾ ਵੀ ਆਵੇ ਉਹਨੂੰ ਬਜਾ ਕੇ ਬਾਹਰ ਕੱਢਣਾ ਤੇ ਚਲੋ ਨਿਕਲ ਜਾਓ ਹਾਂ ਬੜੀ ਬਾਤ ਨਹੀਂ ਤੇਰੀ ਮਾਂ ਹੈ ਭਾਈ ਘਰ ਆਇਆ ਨਾਲ ਬੇਇੱਜ਼ਤੀ ਕਰਦੀ ਆ ਓ ਮੁੱਛਾਂ ਵਾਲੀ ਸਰਕਾਰ ਹੈ ਮੇਰੀ ਸੱਸ ਨੂੰ ਬਦਤਮੀਜ਼ ਨਾ ਸਾਦ ਤੇਰੀ ਤਾਂ ਉਮਰ ਤੋਂ ਵੱਡੀ ਹੈਗੀ ਸ਼ਾਬਾਸ਼ ਸੁਗਰੀ ਸ਼ਾਬਾਸ਼ ਮੈਨੂੰ ਤੇਰੇ ਤੇ ਹੀ ਉਮੀਦ ਹੈ ਕਿ ਤੂੰ ਆਦੀ ਸੱਸ ਦੇ ਹੱਕ ਇਵੇਂ ਬੋਲਣਾ
ਅੱਬਾ ਜੀ ਇਹ ਇੰਨੇ ਬਦਤਮੀਜ਼ ਹੈਗੇ ਨਾ ਕਿ ਕੁੜੀਆਂ ਕਿੱਡੀਆਂ ਬਦਤਮੀਜ਼ ਨਹੀਂ ਮੈਡਮ ਐ ਤੂੰ ਤਮੀਜ਼ ਵਾਲੀਆਂ ਤੇ ਘਰੇ ਜਾ ਬਸ ਸਾਡੀ ਛੋਰੀ ਬਦਤਮੀਜ਼ ਅਸੀਂ ਬਦਤਮੀਜ਼ ਛੋਰੀ ਬਦਤਮੀਜ਼ ਇੱਜ਼ਤ ਵਾਲਿਆਂ ਦੇ ਘਰੇ ਜਾ ਤੁਸੀਂ ਨਿਕਲੋ ਮੈਨੂੰ ਇਹ ਗੱਲ ਦੱਸੋ ਭਾਈ ਸਾਨੂੰ ਹਲਕੇ ਕੁੱਤੇ ਵੱਡਿਆ ਸੀ ਐਵੇਂ ਤੂੰ ਚਾਹ ਤੇ ਆ ਗਿਆ ਉਹ ਤੇਰੀ ਮਾਂ ਸਦਾ ਸੀ ਐ ਤੁਹਾਡੇ ਭਾਈ ਨਿਕਲੋ ਇੱਕ ਮਿੰਟ ਠਹਿਰ ਜਾਓ ਅਸੀਂ ਤੁਹਾਡੇ ਨਾਲ ਹੁਣ ਨਹੀਂ ਕੋਈ ਗੱਲ ਕਰਨੀ ਹੁਣ ਅਸੀਂ ਸਿਰਫ ਇਹਨਾਂ ਨਾਲ ਗੱਲ ਕਰਨੀ ਜਿਹੜਾ ਤੁਹਾਨੂੰ ਲੈ ਕੇ ਆਇਆ बेइज्जत करके घरू कटेंदा पिया हां ते मैनू मार के घर छड्या सो तू ना जा चल आ मेरे नाल मैनू कुटे से ना कुटदा चल आ मेरे नाल तू चल अंगू लागवा रमजी मोड़ी बे हल्को हो गया कुटन लग गया गलती गलती कर दी गति तेन हया नहीं आया थोड़े किचर भी चढ़ी हुई आई मैनू दरअसल समझ नहीं आई मेरे को गलती हो गई है सारा काम एक गलत फहमी दे विच होया मैं थोड़ा जिहा अकल दा मोटा गल मैनू समझ देर नाल आउंदी तेनू समझ नहीं ना आती तो सानू बहुत अच्छे तरीके नाल समझ आ गई है फिर भी मैं अपने ना देवर कोलो पुछनी आ तेनू यह रिश्ता मंजूर है नहीं मैनू यह मंजूर नहीं है जिहड़ा शादी तो पहले अपने नाल ऐशर कर रहे ने बाद च अपने की हाल करनगे लाड़ा भाई मेरे को गलती हो गई है हुण मैनू माफ कर जा जे अगर तेरे दिल दे विच हाली भी कावड़ है तो शादी तो बाद मियां साडे ते कावड़ कट ले चौधरी साहब ओ गलती मन्नी खले उन्हां नू माफ कर दियो हां करो काका असीं चवल आ गए हां नहीं असीं करना इत्थे रिश्ता रिश्ता करना है ही नहीं ते चलो घरे आ गा हां असीं इज्जतदार लोग ही गए असीं तुहाडे तरह आ गए चलो मुंह वाए लोग अम्मा अम्मा ए तो तेरे इज्जतदार मेहमान है मैनू कोई नहीं पता हा तू आखे आपे कोई भी मेहमान आवे ओनू इत्थे टिकन नहीं देना अम्मा कम से कम मैं दस सही ना कि नादरी और रिश्ता वेखन आते पेन मेहमान उन्होंने इज्जत करे हूँ मैं तू दस कोई नहीं आया मैं पता ही ना ले कोई नहीं आया तू रम जनवा के गई जेड़ा कोई मेहमान आवे उन्हें जुतियां नाल बाहर कढ़िया मेरी किस्मत माड़ी जेड़ी मैनू पुट्ठी गल समझा गई हाँ अम्मा जी मैं सारी गल इन अकल च पाई है मोड़ी उन्होंने सराहने नाल जोड़ गई है गल्ला ना करा तो मेरे घरों निकलो ਉਹ ਮੇਰੇ ਦੀਆਂ ਜਵਾਨੀ ਬੈਠੀਆਂ ਮੈਂ ਕਿਸੇ ਪਾਸੇ ਤੋਂ ਉਹਨਾਂ ਨੂੰ ਪਰਨਾਵਣਾ ਹਾਂ ਤੁਸੀਂ ਮੇਰੇ ਬੇੜੀਏ ਤੁਸੀਂ ਵੱਟੇ ਗਾਹ ਛੱਡੇ ਅਗਰ ਤੁਸੀਂ ਮੇਰੇ ਦੀਨ ਨਹੀਂ ਲੱਗਣ ਦੇਣਾ ਕਿਸੇ ਪਾਸੇ ਜਿਹੜੀ ਤੂੰ ਮੈਨੂੰ ਉਂਬੜੀ ਆ ਨਿਕਲ ਤੇਰਾ ਕੀ ਕਸੂਰ ਨਿਕਲ ਜਾ ਬੇਗਰਤਾ ਨਾ ਹੁੰਦਾ ਤਾਂ ਜੀ ਅੰਮਾ ਜੀ ਬਹਿ ਜਾਓ ਅੰਮਾ ਮੈਂ ਬੜਾ ਸਮਝਾਇਆ ਲੱਗਣ ਦੀ ਸਮਝ ਚ ਨਹੀਂ ਆਈ ਗੱਲ ਪੁੱਤਰਾ ਮੇਰਾ ਪੁੱਤਰ ਕੋਈ ਹੋਰ ਘਰ ਲੱਭ ਕੋਈ ਚੰਗਾ ਜਿਹਾ ਹੁਣ ਮੈਂ ਦੀਆਂ ਤੇ ਦੋਵੇਂ ਉਠਾਵਣੀਆਂ ठीक है अम्मा जी जीवे तुहाडा हुकम मैं कोई चंगा जिहा घर लाभ के ना मां नूं जरूर दस देस ठीक है मेरा पुत्र जा अच्छा अम्मा जी तुसा ढेर परेशान नहीं होना अल्लाह पाक जरूर कोई ना कोई दरवाजा खोल देसे पुतणिया जी रमजी भीरा असि तेरा ही इत्थे इंतजार करदे पए पुतणिया हुण मां ते सानू घरों चेक छड्या असि किधे जा के रात रवीए ਜਿਹੜੇ ਬੇਲੀਆਂ ਨੂੰ ਖਵਾਈਂਦਾ ਰਿਹਾ ਕੋਲ ਬੁਆ ਕੇ ਉਹਨਾਂ ਦੇ ਘਰ ਵਗ ਜਾ ਲੋ ਕਰ ਲੋ ਗੱਲ ਉਹਨਾਂ ਨੂੰ ਤਾਂ ਘਰੋਂ ਆਪ ਨੂੰ ਰੋਟੀ ਨਹੀਂ ਲੱਭਦੀ ਹੈ ਤੇ ਇੱਥੇ ਆ ਕੇ ਮੇਰੇ ਕੋਲ ਖਾਂਦੇ ਹਨ
ਅੱਛਾ ਹਾਂ ਉਹਨਾਂ ਨੇ ਮੈਨੂੰ ਕੀ ਖਵਾਉਣਾ ਤੇ ਕੀ ਰਾਤ ਰਵਾਉਣਾ ਕੋਈ ਹੋਰ ਹਾਲ ਦੱਸ ਤੇਰੇ ਘਰ ਦੇ ਨੇੜੇ ਤੇੜੇ ਕੋਈ ਮਕਾਨ ਖਾਲੀ ਹੋਵੇ ਜਿੱਦਾਂ ਵਾਲਾ ਹੋਵੇ ਅਸੀਂ ਉਹਦੇ ਚ ਰਾਇਸ਼ ਕਰ ਲਈ ਸਾਂ ਮੈਂ ਤੈਨੂੰ ਇੱਕ ਬਹੁਤ ਛੋਟਾ ਜਿਹਾ ਮਸ਼ਵਰਾ ਦੇਣਾ ਜੇ ਅਗਰ ਤੇਰੇ ਅਕਲ ਚ ਆ ਜਾਵੇ ਤਾਂ ਤੂੰ ਇਥੋਂ ਵਾਪਸੀ ਅੜ ਜਾ ਹੁਣੇ ਮਾਂ ਦੇ ਕਦਮਾਂ ਚ ਡਹਿ ਕੇ ਉਹਦੇ ਕੋਲ ਮਾਫੀ ਮੰਗ ਲਾ ਤੇ ਮਾਵਾਂ ਹਮੇਸ਼ਾ ਮਾਫ ਕਰ ਦਿੰਦੀਆਂ ਨੇ ਮਾਵਾਂ ਦਾ ਦਿਲ ਹੁੰਦਾ ਨਰਮ ਰਮਜ਼ੀ ਭੂਤਨਾ ਆਖਦਾ ਸਹੀ ਪਿਆ ਭੂਤਨਾ ਆਖਦਾ ਤਾਂ ਸਹੀ ਪਿਆ ਪਰ ਕੰਮ ਬੜਾ ਔਖਾ ਹੈ ਅੰਮਾ ਲਿੱਤਰ ਵੀ ਬੜੇ ਮਾਰਦੀ ਹੈ ਤੇ ਚੱਲ ਕੇ ਮਾਫੀ ਮੰਗ ਲੈਨੇ ਆ ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।